ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੰਮ੍ਰਿਤਸਰ ਦੇ ਚਮਿੰਡਾ ਦੇਵੀ ਇਲਾਕੇ ਵਿੱਚ ਪੰਜਾਬ ਪੁਲਿਸ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਪਿੰਡ ਸ਼ਹਿਜ਼ਾਦਾ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਨੇ ਉਕਤ ਵਿਅਕਤੀ ਦੇ ਘਰ ਨਾ ਹੋਣ 'ਤੇ ਘਰ ਦੀ ਔਰਤ ਨੂੰ ਚੁੱਕ ਕੇ ਕਾਰ ਦੀ ਛੱਤ 'ਤੇ ਜ਼ਬਰਦਸਤੀ ਬਿਠਾ ਲਿਆ ਅਤੇ ਸਾਰੇ ਪਿੰਡ 'ਚ ਘੁਮਾ ਕੇ ਬੇਇੱਜ਼ਤ ਕੀਤਾ। ਪੀੜਿਤ ਔਰਤ ਜਸਵਿੰਦਰ ਕੌਰ ਪਤਨੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਗੱਡੀਆਂ ਉਸਦੇ ਬੇਕਸੂਰ ਪਤੀ ਨੂੰ ਜ਼ਬਰਦਸਤੀ ਚੁੱਕਣ ਲਈ ਘਰ 'ਚ ਦਾਖਲ ਹੋ ਗਈਆਂ। ਇਸ ਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਘਰ ਦੀਆਂ ਔਰਤਾਂ ਦੀ ਕੁੱਟਮਾਰ ਵੀ ਕੀਤੀ। ਉਸਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਵੀ ਦਿੱਤੀ ਗਈ, ਪਰ ਬੀਤੇ ਦਿਨ ਫਿਰ ਕ੍ਰਾਈਮ ਵਿੰਗ ਦੀ ਟੀਮ ਉਹਨਾਂ ਦੇ ਘਰ 'ਚ ਜ਼ਬਰਦਸਤੀ ਦਾਖਲ ਹੋ ਗਈ। ਪਰਿਵਾਰ ਨੇ ਉਹਨਾਂ ਦੇ ਘਰ 'ਚ ਆਉਣ ਦਾ ਕਾਰਨ ਪੁੱਛਿਆ ਤਾਂ ਬਿਨਾਂ ਮਹਿਲਾ ਮੁਲਾਜ਼ਮ ਦੇ ਆਈ ਪੁਲਿਸ ਪਾਰਟੀ ਨੇ ਜਸਵਿੰਦਰ ਕੌਰ ਨੂੰ ਫੜ ਲਿਆ। ਜਸਵਿੰਦਰ ਕੌਰ ਨੇ ਦੱਸਿਆ ਕਿ ਘਰ 'ਚ ਕੋਈ ਮਰਦ ਮੈਂਬਰ ਨਾ ਹੋਣ ਕਰਕੇ ਉਕਤ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਸਰਕਾਰੀ ਜੀਪ ਦੀ ਛੱਤ 'ਤੇ ਜ਼ਬਰਦਸਤੀ ਬਿਠਾ ਦਿੱਤਾ ਅਤੇ ਸਾਰੇ ਪਿੰਡ 'ਚ ਘੁਮਾਇਆ ਗਿਆ। ਪੁਲਿਸ ਦੀ ਇਸ ਹਰਕਤ ਦੇਖ ਕੇ ਪਿੰਡ ਇਕੱਠਾ ਹੋਣ ਲੱਗਾ ਅਤੇ ਪੁਲਿਸ ਨੇ ਜੀਪ ਕਸਬਾ ਚਵੰਡਾ ਦੇਵੀ ਨੂੰ ਭਜਾ ਲਈ। ਉਸਨੇ ਦੱਸਿਆ ਕਿ ਚਵੰਡਾ ਦੇਵੀ ਦੇ ਬਾਈਪਾਸ ਮੋੜ 'ਤੇ ਜੀਪ ਨੂੰ ਤੇਜ਼ ਮੋੜ ਕੇ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਕਾਰਨ ਉਸਦਾ ਗੁੱਟ ਟੁੱਟ ਗਿਆ ਅਤੇ ਹੋਰ ਥਾਈਂ ਸੱਟਾਂ ਵੀ ਲੱਗੀਆਂ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਕੱਲ੍ਹ ਕਰੀਬ 10 ਵਜੇ ਇੱਕ ਲਾਸਟ ਈਅਰ ਮੁਕੱਦਮਾ ਦਰਜ ਹੋਇਆ ਥਾ 35/2017। ਉਸਕੇ ਸੰਬੰਧ ਮੇਂ ਕ੍ਰਾਈਮ ਬ੍ਰਾਂਚ ਵਾਲੇ ਅੰਮ੍ਰਿਤਸਰ ਸੇ ਬਲਵੰਤ ਸਿੰਘ ਕੇ ਘਰ, ਜੋ ਕਿ ਕੱਥੂ ਨਗਰ ਮੇਂ PS ਕੱਥੂ ਨਗਰ ਮੇਂ ਆਤਾ ਹੈ, ਤੋ ਵਹਾਂ ਜੋ ਇੰਸੀਡੈਂਟ ਹੁਆ ਉਸਕੀ ਖਬਰ ਮੇਰੇ ਮੁਝੇ ਮਿਲੀ ਔਰ ਮੈਂ ਔਰ SHO ਹਰਪ੍ਰੀਤ ਦੋਨੋਂ ਮੌਕਾ ਪਰ ਗਏ ਔਰ ਮੌਕੇ ਪਰ ਜੋ ਵੀ ਦੇਖਾ ਹਮਨੇ ਉਹਨਾਂ ਨੇ ਹਮੇਂ ਵੀਡੀਓ ਵੀ ਦਿਖਾਈ ਕਿ ਕੈਸੇ ਕੈਸੇ ਲੜਕੀ ਉਸਕੇ ਉੱਪਰ ਬਲੈਰੋ ਕੇ ਉੱਪਰ ਲੈ ਕੇ ਗਏ ਔਰ ਰਾਸਤੇ ਮੇਂ ਜਬ ਉਹਨਾਂ ਨੇ ਮੋੜ ਆਇਆ ਤੋ ਉੱਪਰ ਸੇ ਗਿਰ ਗਈ ਔਰ ਉਸਕੇ ਸਿਰ ਪੇ ਔਰ ਜੋ ਗੁੱਟ ਹੈ ਉਸਕੋ ਚੋਟ ਆਈ ਹੈ। ਤੋ ਜੋ ਵੀ ਬਣਤੀ ਕਾਰਵਾਈ ਕਰ ਰਹੇ ਸੀਨੀਅਰ ਆਫਿਸਰ ਕੋ ਵੀ ਇਸਕੇ ਬਾਰੇ ਮੇਂ ਡਿਟੇਲ ਜੋ ਰਿਪੋਰਟ ਮੈਨੇ ਸੈਂਡ ਕਰ ਦਿੱਤੀ ਥੀ ਔਰ ਜੋ ਵੀ ਤਫਤੀਸ਼ ਮੇਂ ਸਾਹਮਣੇ ਆਏਗਾ ਸੱਚਾਈ ਕਰੇਂਗੇ। ਘਟਨਾ ਦਾ ਪਤਾ ਲੱਗਣ 'ਤੇ ਮਜੀਠਾ DSP ਨਿਰਲੇਪ ਸਿੰਘ ਨੇ ਕੱਥੂ ਨੰਗਲ ਦੇ ਥਾਣਾ ਮੁਖੀ ਹਰਪ੍ਰੀਤ ਸਿੰਘ ਜਸਵਿੰਦਰ ਕੌਰ ਦੇ ਘਰ ਪਹੁੰਚੇ ਅਤੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ। ਉਹਨਾਂ ਕਿਹਾ ਕਿ ਸਾਰੇ ਮਾਮਲੇ ਸੰਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੋਸ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੀੜਿਤ ਔਰਤ ਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਘਰਾਓ ਵੀ ਕਰਨਗੇ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।